ਤਾਂ ਇੱਕ ਬੜੀ ਹੋਰ ਖਬਰ ਸਾਹਮਣੇ ਆ ਰਹੀ ਜਲੰਧਰ ਤੋਂ ਭਾਜਪਾਲੇ ਕਹਿੰਦੇ ਕਿ ਮੁੱਖ ਮੰਤਰੀ ਆਪ ਖਾਣ ਪੀਣ ਦੇ ਸ਼ੌਂਕੀ ਨੇ ਇਸ ਕਰਕੇ ਉਹ ਔਰਤਾਂ ਦੇ ਵੀ ਹੁਣ ਠੇਕੇ ਖੋ ਰਹੇ ਨੇ ਕਿ ਭਾਜਪਾਲੇਾਂ ਚ ਸਾਰੇ ਸ਼ੁੱਧ ਵੈਸ਼ਨੂ ਆ ਜੀ ਐਵੇਂ ਤੇ ਗੱਲਾਂ ਨੇ ਕਾਂਗਰਸੀ ਵੀ ਕਹੀ ਜਾਂਦੇ ਜਿਨ੍ਹਾਂ ਦਾ ਆਪਣਾ ਮੁੱਖ ਮੰਤਰੀ ਜਿਹੜਾ ਉਹ ਡੁੱਬਿਆ ਰਿਆ ਆਯਾਸ਼ੀਆਂ ਚ ਦੁਪਹਿਰ ਲੱਗ ਜਾਂਦੀ ਸੀ ਕਹਿੰਦੇ ਪਤਾ ਨਹੀਂ ਤਾਂ ਤੁਸੀਂ ਗਏ ਸੀ ਕਹਿੰਦੇ ਆ ਜੀ ਕਹਿੰਦੇ ਆ ਵਿਰੋਧੀ ਕਹਿੰਦੇ ਆ ਨਹੀਂ ਨਹੀਂ ਉਹੀ ਗੱਲ ਆ ਜਿਨ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਸੀ ਗਲਾਸੀ ਖੜਕਾਉਂਦਿਆਂ ਦੀ ਮਿੱਠਾ ਮਿੱਠਾ ਸੰਗੀਤ ਪਾਕਿਸਤਾਨੀ ਮਹਿਮਾਨ ਹਮ ਗਲਾਸੀਆਂ ਫੜੀਆਂ ਨੇ ਹੱਥ 'ਚ ਫੋਟੋ ਸੈਸ਼ਨ ਹੋ ਰਹੇ ਨੇ ਹਮ ਉਹ ਹੁਣ ਠੇਕਿਆਂ ਦੀ ਗੱਲ ਕਰਦੇ ਤੁਸੀਂ ਇੱਥੇ ਆ ਰਹੇ ਨੇ ਮੰਗਾਇਆ ਜਾਂਦਾ ਬਾਕੀ ਇਹ ਤਾਂ ਮੈਨੂੰ ਪਤਾ ਨਹੀਂ ਲੱਗਿਆ ਕਿ ਸਰਕਾਰ ਨੇ ਖਲਾਇਆ ਕਿ ਜਾਂ ਉਹਨਾਂ ਨੇ ਆਪ ਹੀ ਫੱਟਾ ਜਹ ਲਾਤਾ ਹਮ ਕਿ ਵੀ ਬੀਬੀ ਇਧਰੋਂ ਜ਼ਿਆਦਾ ਆ ਜਾਂ ਨਿਰਸੰਕੋਚ ਆ ਜਾ। ਪਰ ਕੀ ਹਸਾਬ ਕਿਤਾਬ ਵਿੱਚ ਲਿਖਿਆ ਨਾ ਕਿ ਔਰਤਾਂ ਲਈ ਪੂਰਾ ਸੇਫ ਹੈ ਇਹ ਠੇਕਾ। ਨਹੀਂ ਬੋਤ ਜਿੱਥੇ ਮਰਜ਼ੀ ਜਾ ਕੇ ਲੈ ਲੈਣਾ ਉਹਨਾਂ ਨੂੰ ਕਿਹੜਾ ਇਨਕਾਰ ਕਰਨਾ ਅੱਗੇ। ਹਾਂ। ਸ਼ਰਾਬ ਦੇ ਠੇਕੇ ਤੇ ਕਿਤੇ ਲਿਖਿਆ ਕਿ ਇੱਥੇ ਔਰਤਾਂ ਦੀ ਮਨਾਹੀ ਆ। ਤੇ ਕਈ ਧਾਰਮਿਕ ਸਥਾਨਾਂ ਤੇ ਲਿਖਿਆ ਹੁੰਦਾ ਸ਼ਰਾਬ ਦੇ ਠੇਕੇ ਤੇ ਨਹੀਂ ਲਿਖਿਆ ਹੁੰਦਾ। ਉੱਥੇ ਤੇ ਇਹ ਕਿ ਉਹ ਏਜ ਹੈ ਜਿਹੜੀ ਯਾਨੀ ਬਾਲਗ ਹੋ ਉਹ ਤੁਸੀਂ ਉੱਥੋਂ ਜਾ ਕੇ ਜਿਹੜਾ ਮਰਜ਼ੀ ਲੈ ਲਵੇਂ। ਖੁੱਲ ਠੀਕ ਆ ਤੁਸੀਂ ਸ਼ਰਾਬ ਦੀ ਖੁੱਲ ਰੱਖੀ ਆ। ਬੰਦੇ ਦੀ ਚੋਣ ਤੇ ਮੁਨਸਰ ਹੈ ਉਹਨੇ ਪੀਣੀ ਹੈ ਜਾਂ ਨਹੀਂ ਖੁੱਲ ਹੈ ਪਰ ਇੰਨਾ ਵੀ ਯਾਰਾ ਨਾ ਕਰੋ ਪ੍ਰਮੋਟ ਤੇ ਨਾ ਨਾ ਕਰੋ ਉਹ ਇਹਨਾਂ ਚੀਜ਼ਾਂ ਨੂੰ ਇੰਨਾ ਆਕਰਸ਼ਣ ਨਾ ਪੈਦਾ ਕਰੋ ਜੀ ਇਹ ਇਹ ਚੀਜ਼ਾਂ ਠੀਕ ਨਹੀਂ ਹੈ ਚਲੋ ਖੁੱਲੀ ਹੈ ਕੋਈ ਅਦੇ ਤੇ پابੰਦੀ ਨਹੀਂ ਹੈ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜੇ ਤੁਸੀਂ ਪੀਣੀ ਚਾਹੋ ਜਿੱਥੇ ਮਰਜੀ ਪੀਓ ਪਰ ਪੀ ਕੇ ਤੁਸੀਂ ਕੱਚ ਦੀ ਬੋਤਲ ਜੇ ਕਹੋ ਕਿ ਧਰਤੀ ਤੇ ਨਹੀਂ ਤੋੜਨੀ ਵੀ ਇੱਕ ਪੰਜਾਬੀਆਂ ਦੀ ਆਦਤ ਬਣ ਗਈ ਹੈ ਕਿ ਮਾਰ ਕੇ ਤੋੜ ਕੇ ਤੇ ਗਾਹ ਨਿਕਲ ਜਾਣਾ ਪਾਣੇ ਪਿੱਛੋਂ ਰਿਸ਼ਤੇਦਾਰ ਆਉਂਦਾ ਟਾਇਰ ਪੜਵਾ ਕੇ ਵਹਿ ਜਾਵੇ ਤੇ 36 ਗੱਲਾਂ ਉਹ ਕੱਢੇ ਵੀ ਆ ਕਿਹੜਾ ਹੁਣ ਮੈਂ ਤਾਂ ਬੋਲ ਨਹੀਂ ਸਕਦਾ ਤੇ ਦੂਜੇ ਪਾਸੇ ਗੱਲ ਇਹ ਆ ਕਿ ਬਈ ਇਹ ਠੀਕ ਆ ਖੁੱਲ ਪਰ ਇੰਨਾ ਚੀਜ਼ਾਂ ਨੂੰ ਇੰਨਾ ਆਕਰਸ਼ਿਤ ਨਾ ਕਰੋ ਕਿ ਆ ਸਾਰਾ ਕੁਛ ਇਦਾ ਕਰੋ ਸਗੋ ਰੋਕੋ ਲੋਕਾਂ ਨੂੰ ਪਰ ਸਰਕਾਰ ਉਹਦੇ ਚੁਮਾਲੀਆ ਕੱਢਦੀ ਆ ਤੁਸੀਂ ਵਰਜ ਤਾਂ ਸਕਦੇ ਹੋ ਐਨੀ ਉਮਰ ਤੱਕ ਯਾਰ ਨਹੀਂ ਪੀਣੀ ਜੇ ਉਸ ਉਸ ਹੋਮਰ ਗਰੁੱਪ ਚ ਜਾ ਕੇ ਤਾਂ ਲੈਣੀ ਆ ਕਿਸ ਤਰ੍ਹਾਂ ਪੀਣੀ ਆ ਡਰਿੰਕ ਐਂਡ ਡਰਾਈਵ ਦਾ ਕਿੱਡਾ ਵੱਡਾ ਮਸਲਾ ਹੈ ਬਿਲਕੁਲ ਸਾਰੀਆਂ ਚੀਜ਼ਾਂ ਤੁਸੀਂ ਤੇ ਹੋ ਕਹਿੰਦੇ ਕਰੋਨਾ ਵੇਲੇ ਸਕੂਲ ਹੀ ਬੰਦ ਸਭ ਕੋਈ ਬੰਦ ਸੀ ਲੋਕ ਘਰਾਂ 'ਚ ਹੀ ਠੇਕੇ ਖੋਲਦੇ ਨਹੀਂ ਉਹ ਠੇਕੇ ਕੇ ਘਰਾਂ 'ਚ ਘਰਾਂ 'ਚ ਸ਼ਰਾਬ ਹੀ ਦੇ ਜਾਂਦੇ ਸੀ ਕੁਝ ਕਾਂਗਰਸੀ ਸੀ ਉਹ ਵੀ ਲੱਗੇ ਹੋਏ ਸੀ ਉਹ ਕਹਿੰਦੇ ਲੋੜ ਹੀ ਨਹੀਂ ਗੇ ਠੇਕੇ ਛੱਡੋ ਅਸੀਂ ਦੇ ਘਰਾਂ 'ਚ ਦੇ ਜਾਂਦੇ ਆ ਤੇ ਕੰਮ ਚੱਲਿਆ ਠੇਕੇ ਜਿੱਦਾਂ ਬੰਦ ਰਹੇ ਨੇ ਆ ਇੱਥੇ ਤੁਸੀਂ ਮਲੋਟ ਚ ਆ ਵੇਖੋ ਇੱਥੇ ਜਿੱਥੇ ਨੇੜੇ ਤੜੇ ਆ ਬੈਠੇ ਆਪਾਂ ਇੱਥੇ ਕਿਵੇਂ ਚੱਲਿਆ ਸੀ ਬਾਹਰ ਨਿਕਲ ਕੇ ਪ ਸਾਰਾ ਪਤਾ ਸਾਨੂੰ ਇਹ ਇਹਨਾਂ ਦੀਆਂ ਡਿਸਟਿਲਰੀਆਂ ਸੀ ਇਹਨਾਂ ਦੇ ਬੰਦੇ ਸੀ ਇਹਨਾਂ ਦੇ ਕੰਮ ਤੋਂ ਹੁੰਦੇ ਸੀ ਸਾਰੇ ਜੀ ਹੁਣ ਵਾਲਾ ਵੀ ਜੇ ਕਿਤੇ ਮੌਕਾ ਬਣ ਕੇ ਆਉਣ ਵਾਲੇ ਵੀ ਹੱਥ ਰੰਗਣਗੇ ਇਹ ਕਿਹੜੇ ਹਟਦੇ ਨੇ ਤੋਂ ਗੱਲ ਇਹ ਆ ਕਿ ਇਸ ਚੀਜ਼ ਠੀਕ ਹੈ ਚਲੋ ਤੁਸੀਂ ਇਹਦੇ ਤੋਂ ਕਮਾਈ ਕਰਦੇ ਹੋ ਇਹਨੂੰ ਬੰਦ ਨਹੀਂ ਕੀਤਾ ਜਾ ਸਕਦਾ ਲਿਕਰ ਨੂੰ ਕਿਤੇ ਵੀ ਇਹ ਕਰ ਹੀ ਨਹੀਂ ਸਕਦੇ ਪੰਜਾਬ ਵਾਲੇ ਤਾਂ ਕਦੇ ਵੀ ਨਹੀਂ ਕਰ ਸਕਦੇ ਜੀ ਪਰ ਘੱਟੋ ਘਾਟ ਆ ਚੀਜ਼ਾਂ ਤਾਂ ਨਾ ਕਰੋ ਨਾ ਆ ਚੀਜ਼ਾਂ ਤੇ ਤਾਂ ਨਾ ਵੱਜਣੀ ਚਾਹੀਦੀ ਹੈ ਜੀ ਮੈਂ ਤੁਹਾਨੂੰ ਸਨਮਾਨ ਦੇ ਰਿਹਾ ਯਾਤ ਆਪਾਂ ਹੁਣ ਚੱਲ ਗਏ। ਸ਼ੁਕਰੀਆ ਜੀ। ਸਾਰਿਆਂ ਨੂੰ ਸਾਥ ਸ੍ਰੀ ਅਕਾਲ। ਜੀ ਸਾਡੇ ਜਿਹੜੇ ਦੋਸਤਾਂ ਨੇ ਹਜੇ ਤੱਕ ਪ੍ਰੋਗਰਾਮ ਨੂੰ ਸ਼ੇਅਰ ਨਹੀਂ ਕੀਤਾ ਉਹ ਸ਼ੇਅਰ ਕਰ ਦੇਣ ਤਾਂ ਜੋ ਇਹ ਬੜੀ ਮੁੱਲੀ ਜਾਣਕਾਰੀ ਤੁਹਾਡੇ ਦੋਸਤਾਂ ਤੱਕ ਵੀ ਪਹੁੰਚ ਸਕੇ। ਹੁਣ ਆਪਾਂ ਮਿਲਾਂਗੇ ਸੋਮਵਾਰ ਨੂੰ। ਸਾਡੇ ਜੋ ਵੀਡੀਓ ਤੁਹਾਡੇ ਸਾਹਮਣੇ ਆਉਂਦੀਆਂ ਨੇ ਜੇ ਤੁਹਾਨੂੰ ਲੱਗਦਾ ਕਿ ਮਸਲਾ ਕੋਈ ਰਹਿ ਗਿਆ ਹਰ ਤੱਕ ਪਹੁੰਚਾਇਆ ਕਰੋ। ਸਾਡੀ ਹਰ ਇੱਕ ਵੀਡੀਓ ਦੇਖੋ ਤਾਂ ਜੋ ਤੁਹਾਡੇ ਲਈ ਇਹ ਜਾਣਕਾਰੀ ਮਿਸ ਨਾ ਹੋਵੇ ਤੇ ਤੁਸੀਂ ਹਮੇਸ਼ਾ ਅਪ ਟੂ ਡੇਟ ਰਹੋ। ਧੰਨਵਾਦ। ਤਾਂ ਇੱਕ ਬੜੀ ਹੋਰ ਖਬਰ ਸਾਹਮਣੇ ਆ ਰਹੀ ਜਲੰਧਰ ਤੋਂ। ਪਾਏ ਪਾਲੇ ਕਹਿੰਦੇ ਕਿ ਮੁੱਖ ਮੰਤਰੀ ਆ ਇਸ ਕਰਕੇ ਉਹ ਔਰਤਾਂ ਦੇ ਵੀ ਹੁਣ ਠੇਕੇ ਖੋ ਰਹੇ ਨੇ। ਤੇ ਕਿ ਭਾਜਪਾ ਲਿਆਂ ਚ ਸਾਰੇ ਸ਼ੁੱਧ ਵੈਸ਼ਨੂ ਆ। ਜੀ। ਐਵੇਂ ਤੇ ਗੱਲਾਂ ਨੇ। ਕਾਂਗਰਸੀ ਵੀ ਕਹੀ ਜਾਂਦੇ ਜਿਨ੍ਹਾਂ ਦਾ ਆਪਣਾ ਮੁੱਖ ਮੰਤਰੀ ਜਿਹੜਾ ਉਹ ਡੁੱਬਿਆ ਰਿਆ। ਆਯਾਸ਼ੀਆਂ ਚ ਦੁਪਹਿਰ ਲੱਗ ਜਾਂਦਾ ਸੀ ਕਹਿੰਦੇ। ਪਤਾ ਨਹੀਂ ਤੇ ਤੁਸੀਂ ਗਏ ਸੀ। ਕਹਿੰਦੇ ਆ ਜੀ। ਕਹਿੰਦੇ ਆ। ਵਿਰੋਧੀ ਕਹਿੰਦੇ ਆ। ਨਹੀਂ ਨਹੀਂ ਉਹੀ ਗੱਲ ਆ ਜਿਨ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਸੀ ਗਲਾਸੀ ਖੜਕਾਉਂਦਿਆਂ ਦੀਆਂ। ਮਿੱਠਾ ਮਿੱਠਾ ਸੰਗੀਤ ਪਾਕਿਸਤਾਨੀ ਮਹਿਮਾਨ ਹਮ ਗਲਾਸੀਆਂ ਫੜੀਆਂ ਨੇ ਹੱਥ 'ਚ ਫੋਟੋ ਸੈਸ਼ਨ ਹੋ ਰਹੇ ਨੇ ਹਮ ਉਹ ਉਹ ਹੁਣ ਠੇਕਿਆਂ ਦੀ ਗੱਲ ਕਰਦੇ ਨੇ ਉਹਦੇ ਹੱਥੇ ਜਾ ਰਹੇ ਨੇ ਮੰਗਾਇਆ ਜਾਂਦਾ ਬਾਕੀ ਇਹ ਤਾਂ ਮੈਨੂੰ ਪਤਾ ਨਹੀਂ ਲੱਗਿਆ ਕਿ ਸਰਕਾਰ ਨੇ ਖਲਾਇਆ ਕਿ ਜਾਂ ਉਹਨਾਂ ਨੇ ਆਪ ਹੀ ਫੱਟਾ ਜਹ ਲਾਤਾ ਹਮ ਕਿ ਵੀ ਬੀਬੀ ਇੱਧਰ ਨੂੰ ਜ਼ਿਆਦਾ ਆ ਜਾਣ ਨਿਰਸੰਕੋਚ ਆ ਜਾਣ ਪਰ ਕੀ ਹਸਾਬ ਕਿਤਾਬ ਵਿੱਚ ਲਿਖਿਆ ਕਿ ਔਰਤਾਂ ਲਈ ਪੂਰਾ ਸੇਫ ਹੈ ਇਹ ਠੇਕਾ ਨਹੀਂ ਉਹ ਤੇ ਜਿੱਥੇ ਮਰਜ਼ੀ ਜਾ ਕੇ ਲੈ ਲੈਣ ਉਹਨਾਂ ਨੂੰ ਕਿਹੜਾ ਇਨਕਾਰ ਕਰਨਾ ਅੱਗੇ ਹਮ ਸ਼ਰਾਬ ਦੇ ਠੇਕੇ ਤੇ ਕਿਤੇ ਲਿਖਿਆ ਕਿ ਇੱਥੇ ਔਰਤਾਂ ਦੀ ਮਨਾਹੀ ਆ ਤੇ ਕਈ ਧਾਰਮਿਕ ਸਥਾਨਾਂ ਤੇ ਲਿਖਿਆ ਹੁੰਦਾ ਸ਼ਰਾਬ ਦੇ ਠੇਕੇ ਤੇ ਨਹੀਂ ਲਿਖਿਆ ਹੁੰਦਾ ਉੱਥੇ ਤੇ ਆ ਕਿ ਉਹ ਏਜ ਹੈ ਜਿਹੜੀ ਯਾਨੀ ਬਾਲਗ ਹੋ ਉਹ ਤੁਸੀਂ ਉੱਥੋਂ ਜਾ ਕੇ ਜਿਹੜਾ ਮਰਜ਼ੀ ਲੈ ਲਵੇ ਖੁੱਲ ਠੀਕ ਆ ਤੁਸੀਂ ਸ਼ਰਾਬ ਦੀ ਖੁੱਲ ਰੱਖੀ ਆ ਬੰਦੇ ਦੀ ਚੋਣ ਤੇ ਮੁਨਸਰ ਹੈ ਉਹਨੇ ਪੀਣੀ ਆ ਜਾਂ ਨਹੀਂ ਖੁੱਲ ਐ ਪਰ ਇੰਨਾ ਵੀ ਯਾਰਾ ਨਾ ਕਰੋ ਪ੍ਰਮੋਟ ਤੇ ਨਾ ਨਾ ਕਰੋ ਉਹਨਾਂ ਚੀਜ਼ਾਂ ਨੂੰ ਇੰਨਾ ਆਕਰਸ਼ਣ ਨਾ ਪੈਦਾ ਕਰੋ ਜੀ ਇਹ ਇਹ ਜੀਜ਼ਾ ਠੀਕ ਨਹੀਂ ਹੈ ਚਲੋ ਖੁੱਲੀ ਹੈ ਕੋਈ ਅਦੇ ਤੇ پابੰਦੀ ਨਹੀਂ ਹੈ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜੇ ਤੁਸੀਂ ਪੀਣੀ ਚਾਹੋ ਜਿੱਥੇ ਮਰਜੀ ਪੀਓ ਪਰ ਪੀ ਕੇ ਤੁਸੀਂ ਕੱਚ ਦੀ ਬੋਤਲ ਜੇ ਕੋ ਕਿ ਧਰਤੀ ਤੇ ਨਹੀਂ ਤੋੜਨੀ ਵੀ ਇੱਕ ਪੰਜਾਬੀਆਂ ਦੀ ਆਦਤ ਬਣ ਗਈ ਹੈ ਕਿ ਮਾਰ ਕੇ ਤੋੜ ਕੇ ਤੇ ਗਾਹ ਨਿਕਲ ਜਾਣਾ ਭਾਵੇਂ ਪਿੱਛੋਂ ਰਿਸ਼ਤੇਦਾਰ ਆਉਂਦਾ ਟਾਇਰ ਪੜਵਾ ਕੇ ਬਹਿ ਜਾਵੇ ਤੇ 36 ਗੱਲਾਂ ਉਹ ਕੱਡੇ ਵੀ ਆ ਕਿਹੜਾ ਹੁਣ ਮੈਂ ਤਾਂ ਬੋਲ ਨਹੀਂ ਸਕਦਾ ਤੇ ਦੂਜੇ ਪਾਸੇ ਗੱਲ ਇਹ ਆ ਕਿ ਬਈ ਇਹ ਠੀਕ ਹੈ ਕੁੱਲੇ ਪਰ ਇਨਾ ਚੀਜ਼ਾਂ ਨੂੰ ਇਨਾ ਆਕਰਸ਼ਿਤ ਨਾ ਕਰੋ ਕਿ ਆ ਸਾਰਾ ਕੁਛ ਇਦਾ ਕਰੋ ਸਗੋ ਰੋਕੋ ਲੋਕਾਂ ਨੂੰ ਪਰ ਸਰਕਾਰ ਉਹਦੇ ਚ ਮਾਲੀਆ ਕਢਦੀ ਹੈ ਤੁਸੀਂ ਵਰਜ ਤਾਂ ਸਕਦੇ ਹੋ ਐਨੀ ਉਮਰ ਤੱਕ ਯਾਰ ਨਹੀਂ ਪੀਣੀ ਜੇ ਉਸ ਉਸ ਉਮਰ ਗਰੁੱਪ ਚ ਜਾ ਕੇ ਤਾਂ ਲੈਣੀ ਆ ਕਿਸ ਤਰ੍ਹਾਂ ਪੀਣੀ ਆ ਡਰਿੰਕ ਐਂਡ ਡਰਾਈਵ ਦਾ ਕਿੱਡਾ ਵੱਡਾ ਮਸਲਾ ਹੈ ਬਿਲਕੁਲ ਸਾਰੀਆਂ ਚੀਜ਼ਾਂ ਤੁਸੀਂ ਤੇ ਉਹ ਕਹਿੰਦੇ ਕਰੋਨਾ ਵੇਲੇ ਸਕੂਲ ਹੀ ਬੰਦ ਸਭ ਕੋਈ ਬੰਦ ਸੀ ਲੋਕ ਘਰਾਂ 'ਚ ਹੀ ਠੇਕੇ ਖੋਲਦੇ ਨਹੀਂ ਉਹ ਠੇਕੇ ਕੇ ਘਰਾਂ 'ਚ ਘਰਾਂ 'ਚ ਸ਼ਰਾਬ ਹੀ ਦੇ ਜਾਂਦੇ ਸੀ ਕੁਝ ਕਾਂਗਰਸੀ ਸੀ ਉਹ ਵੀ ਲੱਗੇ ਹੋਏ ਸੀ ਉਹ ਕਹਿੰਦੇ ਲੋੜ ਹੀ ਨਹੀਂ ਗੇ ਠੇਕੇ ਛੱਡੋ ਅਸੀਂ ਦੇ ਘਰਾਂ 'ਚ ਦੇ ਜਾਂਦੇ ਆ ਤੇ ਕੰਮ ਚੱਲਿਆ ਠੇਕੇ ਜਿੱਦਾਂ ਬੰਦ ਰਹੇ ਨੇ ਆ ਇੱਥੇ ਤੁਸੀਂ ਮਲੂਠੀ ਆ ਵੇਖੋ ਇੱਥੇ ਜਿੱਥੇ ਨੇੜੇ ਤੜੇ ਆ ਬੈਠੇ ਆਪਾਂ ਇੱਥੇ ਕਿਵੇਂ ਚੱਲਿਆ ਸੀ ਬਾਹਰ ਨਿਕਲ ਕੇ ਪ ਸਾਰਾ ਪਤਾ ਸਾਨੂੰ ਇਹ ਇਹਨਾਂ ਦੀਆਂ ਡਿਸਟਿਲਰੀਆਂ ਸੀ ਇਹਨਾਂ ਦੇ ਬੰਦੇ ਸੀ ਇਹਨਾਂ ਦੇ ਕੰਮ ਤੋਂ ਹੁੰਦੇ ਸੀ ਸਾਰੇ ਜੀ ਹੁਣ ਵਾਲਾ ਵੀ ਜੇ ਕਿਤੇ ਮੌਕਾ ਬਣ ਕੇ ਆਉਣ ਵਾਲੇ ਵੀ ਹੱਥ ਰੰਗਣਗੇ ਇਹ ਕਿਹੜੇ ਹਟਦੇ ਨੇ ਤੋਂ ਗੱਲ ਇਹ ਆ ਕਿ ਇਸ ਚੀਜ਼ ਠੀਕ ਹੈ ਚਲੋ ਤੁਸੀਂ ਇਹਦੇ ਤੋਂ ਕਮਾਈ ਕਰਦੇ ਹੋ ਇਹਨੂੰ ਬੰਦ ਨਹੀਂ ਕੀਤਾ ਜਾ ਸਕਦਾ ਲਿਕਰ ਨੂੰ ਕਿਤੇ ਵੀ ਇਹ ਕਰ ਹੀ ਨਹੀਂ ਸਕਦੇ ਪੰਜਾਬ ਵਾਲੇ ਤਾਂ ਕਦੇ ਵੀ ਨਹੀਂ ਕਰ ਸਕਦੇ ਜੀ ਪਰ ਘੱਟੋ ਘਾਟ ਆ ਚੀਜ਼ਾਂ ਤਾਂ ਨਾ ਕਰੋ ਨਾ ਆ ਚੀਜ਼ਾਂ ਤੇ ਤਾਂ ਨਾ ਵੱਜਣੀ ਚਾਹੀਦੀ ਹੈ ਜੀ ਮੈਂ ਤੁਹਾਨੂੰ ਸਨਮਾਨ ਦੇ ਰਿਹਾ ਯਾਤ ਆਪਾਂ ਹੁਣ ਚੱਲ ਗਏ। ਸ਼ੁਕਰੀਆ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜੀ ਸਾਡੇ ਜਿਹੜੇ ਦੋਸਤਾਂ ਨੇ ਹਜੇ ਤੱਕ ਪ੍ਰੋਗਰਾਮ ਨੂੰ ਸ਼ੇਅਰ ਨਹੀਂ ਕੀਤਾ ਉਹ ਸ਼ੇਅਰ ਕਰ ਦੇਣ ਤਾਂ ਜੋ ਇਹ ਬੜੀ ਮੁੱਲੀ ਜਾਣਕਾਰੀ ਤੁਹਾਡੇ ਦੋਸਤਾਂ ਤੱਕ ਵੀ ਪਹੁੰਚ ਸਕੇ। ਹੁਣ ਆਪਾਂ ਮਿਲਾਂਗੇ ਸੋਮਵਾਰ ਨੂੰ। ਸਾਡੇ ਜੋ ਵੀਡੀਓ ਤੁਹਾਡੇ ਸਾਹਮਣੇ ਆਉਂਦੀਆਂ ਨੇ ਜੇ ਤੁਹਾਨੂੰ ਲੱਗਦਾ ਕਿ ਮਸਲਾ ਕੋਈ ਰਹਿ ਗਿਆ ਹਰ ਤੱਕ ਪਹੁੰਚਾਇਆ ਕਰੋ। ਸਾਡੀ ਹਰੇਕ ਵੀਡੀਓ ਦੇਖੋ ਤਾਂ ਜੋ ਤੁਹਾਡੇ ਲਈ ਇਹ ਜਾਣਕਾਰੀ ਮਿਸ ਨਾ ਹੋਵੇ ਤੇ ਤੁਸੀਂ ਹਮੇਸ਼ਾ ਅਪ ਟੂ ਡੇਟ ਰਹੋ। ਧੰਨਵਾਦ। ਤਾਂ ਇੱਕ ਬੜੀ ਹੋਰ ਖਬਰ ਸਾਹਮਣੇ ਆ ਰਹੀ ਜਲੰਧਰ ਤੋਂ। ਭਾਇ ਪਾਲਾ ਕਹਿੰਦੇ ਕਿ ਮੁੱਖ ਮੰਤਰੀ ਆ ਇਸ ਕਰਕੇ ਉਹ ਔਰਤਾਂ ਦੇ ਵੀ ਹੁਣ ਠੇਕੇ ਖੋ ਰਹੇ ਨੇ। ਤੇ ਕਿ ਭਾਜਪਾ ਲਿਆਂ ਚ ਸਾਰੇ ਸ਼ੁੱਧ ਵੈਸ਼ਨੂ ਆ। ਜੀ। ਐਵੇਂ ਤੇ ਗੱਲਾਂ ਨੇ। ਕਾਂਗਰਸੀ ਵੀ ਕਹੀ ਜਾਂਦੇ ਜਿਨ੍ਹਾਂ ਦਾ ਆਪਣਾ ਮੁੱਖ ਮੰਤਰੀ ਜਿਹੜਾ ਉਹ ਡੁੱਬਿਆ ਰਿਆ ਆ ਹਾਸ਼ੀਆਂ ਚ। ਦੁਪਹਿਰ ਲੱਗ ਜਾਂਦਾ ਸੀ ਕਹਿੰਦੇ। ਪਤਾ ਨਹੀਂ ਤੇ ਤੁਸੀਂ ਗਏ ਸੀ। ਕਹਿੰਦੇ ਆ ਜੀ। ਕਹਿੰਦੇ ਆ। ਵਿਰੋਧੀ ਕਹਿੰਦੇ ਆ। ਨਹੀਂ ਨਹੀਂ ਉਹੀ ਗੱਲ ਆ ਜਿਨ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਸੀ ਗਲਾਸੀ ਖੜਕਾਉਂਦਿਆਂ ਦੀਆਂ। ਮਿੱਠਾ ਮਿੱਠਾ ਸੰਗੀਤ। ਪਾਕਿਸਤਾਨੀ ਮਹਿਮਾਨ ਆ। ਹੂੰ। ਗਲਾਸੀਆਂ ਫੜੀਆਂ ਨੇ ਹੱਥ 'ਚ ਫੋਟੋ ਸੈਸ਼ਨ ਹੋ ਰਹੇ ਨੇ ਹੂੰ ਉਹ ਉਹ ਹੁਣ ਠੇਕਿਆਂ ਦੀ ਗੱਲ ਕਰਦੇ ਨੇ ਉਹਦੇ ਹੱਥੇ ਜਾ ਰਹੇ ਨੇ ਲੰਗਾਇਆ ਜਾਂਦਾ ਬਾਕੀ ਇਹ ਤਾਂ ਮੈਨੂੰ ਪਤਾ ਨਹੀਂ ਲੱਗਿਆ ਕਿ ਸਰਕਾਰ ਨੇ ਖਲਾਇਆ ਕਿ ਜਾਂ ਉਹਨਾਂ ਨੇ ਆਪ ਹੀ ਫੱਟਾ ਜਹ ਲਾਤਾ ਹੂੰ ਕਿ ਵੀ ਬਿਆਹ ਇਧਰ ਨੂੰ ਜ਼ਿਆਦਾ ਆ ਜਾਣ ਨਿਰਸੰਕੋਚ ਆ ਜਾਣ ਪਰ ਕੀ ਹਸਾਬ ਕਿਤਾਬ ਵਿੱਚ ਲਿਖਿਆ ਕਿ ਔਰਤਾਂ ਲਈ ਪੂਰਾ ਸੇਫ ਹੈ ਇਹ ਠੇਕਾ ਨਹੀਂ ਉਹ ਤੇ ਜਿੱਥੇ ਮਰਜ਼ੀ ਜਾ ਕੇ ਲੈ ਲੈਣ ਉਹਨਾਂ ਨੂੰ ਕਿਹੜਾ ਇਨਕਾਰ ਕਰਨਾ ਅੱਗੇ ਹੂੰ ਸ਼ਰਾਬ ਦੇ ਠੇਕੇ ਤੇ ਕਿਤੇ ਲਿਖਿਆ ਕਿ ਇੱਥੇ ਔਰਤਾਂ ਦੀ ਮਨਾਹੀ ਆ ਇਹ ਕਈ ਧਾਰਮਿਕ ਸਥਾਨਾਂ ਤੇ ਲਿਖਿਆ ਹੁੰਦਾ ਸ਼ਰਾਬ ਦੇ ਠੇਕੇ ਤੇ ਨਹੀਂ ਲਿਖਿਆ ਹੁੰਦਾ ਉੱਥੇ ਤੇ ਆ ਕਿ ਉਹ ਏਜ ਹੈ ਜਿਹੜੀ ਯਾਨੀ ਬਾਲਗ ਹੋ ਉਹ ਤੁਸੀਂ ਉੱਥੋਂ ਜਾ ਕੇ ਜਿਹੜਾ ਮਰਜ਼ੀ ਲੈ ਲਵੇ ਖੁੱਲ ਠੀਕ ਹੈ ਤੁਸੀਂ ਸ਼ਰਾਬ ਦੀ ਖੁੱਲ ਰੱਖੀ ਆ ਬੰਦੇ ਦੀ ਚੋਣ ਤੇ ਮੁਨਸਰ ਹੈ ਉਹਨੇ ਪੀਣੀ ਆ ਜਾਂ ਨਹੀਂ ਖੁੱਲ ਹੈ ਪਰ ਇੰਨਾ ਵੀ ਯਾਰਾ ਨਾ ਕਰੋ ਪ੍ਰਮੋਟ ਤੇ ਨਾ ਨਾ ਕਰੋ ਉਹਨਾਂ ਚੀਜ਼ਾਂ ਨੂੰ ਇੰਨਾ ਆਕਰਸ਼ਣ ਨਾ ਪੈਦਾ ਕਰੋ ਜੀ ਇਹ ਇਹ ਚੀਜ਼ਾਂ ਠੀਕ ਨਹੀਂ ਹੈ ਚਲੋ ਖੁੱਲੀ ਆ ਕੋਈ ਅਦੇ ਤੇ ਪਾਬੰਦੀ ਨਹੀਂ ਹੈ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜੇ ਤੁਸੀਂ ਪੀਣੀ ਚਾਹੋ ਜਿੱਥੇ ਮਰਜੀ ਪੀਓ ਪਰ ਪੀ ਕੇ ਤੁਸੀਂ ਕੱਚ ਦੀ ਬੋਤਲ ਜੇ ਕਹੋ ਕਿ ਧਰਤੀ ਤੇ ਨਹੀਂ ਤੋੜਨੀ ਵੀ ਇੱਕ ਪੰਜਾਬੀਆਂ ਦੀ ਆਦਤ ਬਣ ਗਈ ਹੈ ਕਿ ਮਾਰ ਕੇ ਤੋੜ ਕੇ ਤੇ ਗਾਹ ਨਿਕਲ ਜਾਣਾ ਭਾਵੇਂ ਪਿੱਛੋਂ ਰਿਸ਼ਤੇਦਾਰ ਆਉਂਦਾ ਟਾਇਰ ਪੜਵਾ ਕੇ ਬਹਿ ਜਾਵੇ ਤੇ 36 ਗੱਲਾਂ ਉਹ ਕੱਡੇ ਵੀ ਆ ਕਿਹੜਾ ਹੁਣ ਮੈਂ ਤਾਂ ਬੋਲ ਨਹੀਂ ਸਕਦਾ ਤੇ ਦੂਜੇ ਪਾਸੇ ਗੱਲ ਇਹ ਆ ਕਿ ਬਈ ਇਹ ਠੀਕ ਆ ਖੁੱਲ ਪਰ ਇੰਨਾ ਚੀਜ਼ਾਂ ਨੂੰ ਇੰਨਾ ਆਕਰਸ਼ਿਤ ਨਾ ਕਰੋ ਕਿ ਆ ਸਾਰਾ ਕੁਛ ਇਦਾ ਕਰੋ ਸਗੋ ਰੋਕੋ ਲੋਕਾਂ ਨੂੰ ਪਰ ਸਰਕਾਰ ਉਹਦੇ ਚ ਮਾਲੀਆ ਕਢਦੀ ਹੈ ਤੁਸੀਂ ਵਰਜ ਤਾਂ ਸਕਦੇ ਹੋ ਐਨੀ ਉਮਰ ਤੱਕ ਯਾਰ ਨਹੀਂ ਪੀਣੀ ਜੇ ਉਸ ਉਸ ਉਮਰ ਗਰੁੱਪ ਚ ਜਾ ਕੇ ਤਾਂ ਲੈਣੀ ਆ ਕਿਸ ਤਰ੍ਹਾਂ ਪੀਣੀ ਆ ਡਰਿੰਕ ਐਂਡ ਡਰਾਈਵ ਦਾ ਕਿੱਡਾ ਵੱਡਾ ਮਸਲਾ ਹੈ ਸਾਰੀਆਂ ਚੀਜ਼ਾਂ ਤੁਸੀਂ ਤੇ ਹੋ ਕਹਿੰਦੇ ਕੋਰੋਨਾ ਵੇਲੇ ਸਕੂਲ ਵੀ ਬੰਦ ਸਾਰੇ ਕੋਈ ਬੰਸੀ ਲੋਕ ਕਰਾਇ ਸੀ ਠੇਕੇ ਖੋਲਤੇ ਨਹੀਂ ਉਹ ਠੇਕੇ ਕੇ ਘਰਾਂ ਚ ਘਰਾਂ ਚ ਸ਼ਰਾਬ ਹੀ ਦੇ ਜਾਂਦੇ ਸੀ ਕੁਝ ਕਾਂਗਰਸੀ ਸੀ ਉਹ ਵੀ ਲੱਗੇ ਹੋਏ ਸੀ ਉਹ ਕਹਿੰਦੇ ਲੋੜ ਹੀ ਨਹੀਂਗੇ ਠੇਕੇ ਛੱਡੋ ਅਸੀਂ ਤੇ ਘਰਾਂ ਚ ਦੇ ਜਾਂਦੇ ਆ ਤੇ ਕੰਮ ਚੱਲਿਆ ਠੇਕੇ ਜਿੱਦਾਂ ਬੰਦ ਰਹੇ ਨੇ ਆ ਇੱਥੇ ਤੁਸੀਂ ਮਲੋਟ ਚ ਆ ਵੇਖੋ ਇੱਥੇ ਜਿੱਥੇ ਨੇੜੇ ਤੜੇ ਆ ਬੈਠੇ ਆਪਾਂ ਇੱਥੇ ਕਿਵੇਂ ਚੱਲਿਆ ਸਿਆ ਬਾਹਰ ਨਿਕਲ ਕੇ ਪੁੱਛ ਲੋ ਸਾਰਾ ਪਤਾ ਸਾਨੂੰ ਇਹ ਇਹਨਾਂ ਦੀਆਂ ਡਿਸਟਿਲਰੀਆਂ ਸੀ ਇਹਨਾਂ ਦੇ ਬੰਦੇ ਸੀ ਇਹਨਾਂ ਦੇ ਕੰਮ ਤੋਂ ਹੁੰਦੇ ਸੀ ਸਾਰੇ ਜੀ ਹੁਣ ਆਲਾ ਵੀ ਜੇ ਕਿਤੇ ਮੌਕਾ ਬਣ ਕੇ ਹੁਣ ਆਲੇ ਵੀ ਹੱਥ ਰੰਗਣਗੇ ਇਹ ਕਿਹੜੇ ਹਟਦੇ ਨੇ ਤੋਂ ਗੱਲ ਇਹ ਆ ਕਿ ਇਸ ਚੀਜ਼ ਠੀਕੇ ਚਲੋ ਤੁਸੀਂ ਇਹਦੇ ਤੋਂ ਕਮਾਈ ਕਰਦੇ ਹੋ ਇਹਨੂੰ ਬੰਦ ਨਹੀਂ ਕੀਤਾ ਜਾ ਸਕਦਾ ਲਿਕਰ ਨੂੰ ਕਦੇ ਵੀ ਇਹ ਕਰ ਹੀ ਨਹੀਂ ਸਕਦੇ ਪੰਜਾਬ ਵਾਲੇ ਤਾਂ ਕਦੇ ਵੀ ਨਹੀਂ ਕਰ ਸਕਦੇ ਜੀ ਪਰ ਘੱਟੋ ਘਾਟ ਆ ਚੀਜ਼ਾਂ ਤਾਂ ਨਾ ਕਰੋ ਨਾ ਆ ਚੀਜ਼ਾਂ ਤੇ ਤਾਂ ਨਾth ਵਜਣੀ ਚਾਹੀਦੀ ਹੈ ਜੀ ਮੈਂ ਤੁਹਾਨੂੰ ਸਮਾਨ ਦੇ ਰਿਹਾ ਯਾਤ ਆਪਾਂ ਹੁਣ ਚੱਲ ਗਏ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਜਿਹੜੇ ਦੋਸਤਾਂ ਨੇ ਹਜੇ ਤੱਕ ਪ੍ਰੋਗਰਾਮ ਨੂੰ ਸ਼ੇਅਰ ਨਹੀਂ ਕੀਤਾ ਉਹ ਸ਼ੇਅਰ ਕਰ ਦੇਣ ਤਾਂ ਜੋ ਇਹ ਬੜੀ ਮੁੱਲੀ ਜਾਣਕਾਰੀ ਤੁਹਾਡੇ ਦੋਸਤਾਂ ਤੱਕ ਵੀ ਪਹੁੰਚ ਸਕੇ ਹੁਣ ਆਪਾਂ ਮਿਲਾਂਗੇ ਸੋਮਵਾਰ ਨੂੰ ਸਾਡੇ ਜੋ ਵੀਡੀਓ ਤੁਹਾਡੇ ਸਾਹਮਣੇ ਆਉਂਦੀਆਂ ਨੇ ਕਿ ਤੁਹਾਨੂੰ ਲੱਗਦਾ ਕਿ ਮਸਲਾ ਕੋਈ ਰਹਿ ਗਿਆ ਹਰ ਤੱਕ ਪਹੁੰਚਾਇਆ ਕਰੋ ਸਾਡੇ ਹਰੇਕ ਵੀਡੀਓ ਦੇਖਿਓ ਤਾਂ ਜੋ ਤੁਹਾਡੇ ਲਈ ਇਹ ਜਾਣਕਾਰੀ ਮਿਸ ਨਾ ਹੋਵੇ ਤੇ ਤੁਸੀਂ ਹਮੇਸ਼ਾ ਅਪ ਟੂ ਡੇਟ ਰਹੋ ਧੰਨਵਾਦ